ਦਿੱਲੀ ਦੇ ਜਹਾਂਗੀਰਪੁਰੀ ਚ ਅੱਜ ਤੋਂ 2 ਦਿਨ ਤੱਕ ਨਜਾਇਜ਼ ਕਬਜ਼ਿਆਂ ਖਿਲਾਫ ਅਭਿਆਨ ਚਲਾਇਆ ਜਾਵੇਗਾ ਨਜਾਇਜ਼ ਕਬਜ਼ਿਆਂ ਤੇ ਐਮਸੀਡੀ ਦਾ ਬੁਲਡੋਜ਼ਰ ਚੱਲੇਗਾ ਇਲਾਕੇ ਚ ਜੋ ਵੀ ਨਜਾਇਜ਼ ਉਸਾਰੀ ਕੀਤੀ ਗਈ ਹੈ ਉਸ ਨੂੰ ਤੋੜਿਆ ਜਾਵੇਗਾ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਨੇ ਦਿੱਲੀ ਪੁਲਿਸ ਤੋਂ ਕਾਨੂੰਨ ਵਿਵਸਥਾ ਸੰਭਾਲਣ ਦੇ ਲਈ ਭਾਰੀ ਪੁਲਿਸ ਬਲ ਦੀ ਮੰਗ ਕੀਤੀ ਹੈ ਕਰੀਬ 400 ਜਵਾਨਾਂ ਦੀ ਤੈਨਾਤੀ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਵੇਰ ਤੋਂ ਹੀ ਜਹਾਗੀਰਪੁਰੀ ਚ ਵੱਡੀ ਗਿਣਤੀ ਚ ਸੁਰੱਖਿਆ ਬਲ ਤਾਇਨਾਤ ਹੋਣੇ ਸ਼ੁਰੂ ਹੋ ਗਏ ਨੇ ਐਮਸੀਡੀ ਦੀ ਕਾਰਵਾਈ ਦੌਰਾਨ ਕੋਈ ਅੰਸੂਖਾਂ ਵੀ ਘਟਨਾ ਨਾ ਵਾਪਰੇ ਇਸ ਵਾਸਤੇ ਸੁਰੱਖਿਆ ਦੇ ਪੂਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ